ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵਿੰਦਰ ਸਿੰਘ ਪੱਖੋਂ ਕੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦਾ ਮੈਂ ਨਿਵਾਣਾ ਜਿਹਾ ਸੇਵਾਦਾਰ। ਆਪ ਜੀ ਨੂੰ ਸ਼ਾਇਦ ਯਾਦ ਹੋਏਗਾ ਕਿ ਬੀਬੀ ਨਰਿੰਦਰ ਕੌਰ ਪਿੰਡ ਬਘਿਆੜੀ ਜ਼ਿਲ੍ਹਾ ਤਰਨ ਤਾਰਨ ਦੀ ਬੇਟੀ ਦਾ ਵਿਆਹ ਕੀਤਾ ਸੀਗਾ ਜੀ। ਵੀਡੀਓ ਅੱਜ ਵੀ ਜਿਹੜੀ ਆ PTN 24 ਚੈਨਲ 'ਤੇ ਤੁਸੀਂ ਵੇਖ ਸਕਦੇ ਹੋ। ਅਤੇ ਅੱਜ ਤੋਂ 7-8 ਮਹੀਨੇ ਪਹਿਲਾਂ ਵਿਆਹ ਹੋਇਆ। ਵਿਆਹ ਤੋਂ ਵਿੱਚ ਸੰਗਤ ਨੇ ਕਾਫੀ ਸਾਥ ਦਿੱਤਾ, ਸੇਵਾ ਕਾਫੀ ਆਈ ਅਤੇ ਉਸੇ ਸੇਵਾ ਦੇ ਵਿੱਚੋਂ ਇਹਨਾਂ ਦਾ ਘਰ ਵੀ ਬਣਾ ਦਿੱਤਾ ਗਿਆ ਸਤਿਗੁਰੂ ਜੀ ਦੀ ਕਿਰਪਾ ਨਾਲ। ਅਤੇ ਹੁਣ ਥੋੜ੍ਹਾ ਜਿਹਾ ਕੰਮ ਕੋ ਰਹਿੰਦਾ ਸੀ, ਕੋਈ ਦਰਵਾਜ਼ੇ ਲੱਗਣ ਵਾਲੇ, ਅਤੇ ਫੋਨ ਕਾਲ ਕੀਤਾ ਸੀਗਾ ਬੀਬੀ ਨਰਿੰਦਰ ਕੌਰ ਜੀ ਨੇ ਕਿ ਸਾਨੂੰ 5000 ਰੁਪਈਏ ਦੀ ਲੋੜ ਆ। ਅਤੇ ਅੱਜ 5000 ਰੁਪਈਆ ਜਿਹੜਾ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਇਹਨਾਂ ਦੇ ਸਪੁਰਦ ਅਸੀਂ ਕਰ ਰਹੇ ਹਾਂ ਕਿ ਜਿਹੜਾ ਛੋਟਾ ਮੋਟਾ ਕੋਈ ਕੰਮ ਰਹਿੰਦਾ, ਕਿਉਂਕਿ ਇੱਕ ਲੋਕਡਾਊਨ ਕਰਕੇ ਔਰ ਕੁਛ ਕਿਸਾਨ ਅੰਦੋਲਨ ਕਰਕੇ ਅਤੇ ਛੋਟਾ ਮੋਟਾ ਕੰਮ ਜਿਹੜਾ ਜੇ ਘਰ ਦਾ ਜਿਹੜਾ ਇਹਨਾਂ ਦਾ ਰਹਿੰਦਾ ਸੀਗਾ, ਅਸੀਂ ਆਪ ਉੱਥੇ ਜਾ ਨਹੀਂ ਸਕੇ ਕਿਉਂਕਿ ਦਿਨ ਪ੍ਰਤੀ ਦਿਨ ਜਿਹੜੇ ਸਾਡੇ ਰੁਝੇਵੇਂ ਵੱਧਦੇ ਜਾਂਦੇ ਨੇ ਅਤੇ ਹਰ ਵਾਰ ਘਰ ਪਹੁੰਚਣਾ ਮੁਸ਼ਕਲ ਹੁੰਦਾ। ਅਤੇ ਅੱਜ ਇਹਨਾਂ ਨੂੰ ਥੋੜ੍ਹੇ ਜਿਹੇ ਪੈਸੇ ਜਿਹੜੇ ਦਿੱਤੇ ਗਏ ਆ ਕਿ ਛੋਟਾ ਮੋਟਾ ਕੰਮ ਜਿਹੜਾ ਘਰ ਦਾ ਰਹਿੰਦਾ ਉਹ ਕੰਪਲੀਟ ਕਰਾਉਣ ਲੋੜ ਪਏਗੀ। ਥੋੜ੍ਹੀ ਬਹੁਤੀ ਹੋਰ ਸੇਵਾ ਵੀ ਕਰ ਦਿਆਂਗੇ ਤਾਂ ਕਿ ਇਹਨਾਂ ਦਾ ਘਰ ਦਾ ਕੰਮ ਜਿਹੜਾ ਪੂਰਾ ਹੋ ਸਕੇ। ਬਹੁਤ ਮਿਹਰਬਾਨੀ ਬੀਬੀ ਜੀ, ਤੁਸੀਂ ਕਰਦੇ ਹੋ, ਧੰਨਵਾਦ ਜੀ ਸੰਗਤ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹੋ ਧੰਨਵਾਦ ਕਰਦੀ ਬਾਹਰਲੇ ਵੀਰਾਂ ਦਾ ਵੀ ਕਿ ਬੇਟੀ ਵੀ ਵਿਆਹਤੀ ਆ ਅਤੇ ਭਾਜੀ ਉਹਨਾਂ ਨੇ ਘਰ ਵੀ ਬਣਾਤਾ ਵਾ ਅਤੇ ਭਾਜੀ ਉਹਨਾਂ ਦੀ ਵੀ ਸੁੱਖ ਮੰਗਦੇ ਹਾਂ, ਅਰਦਾਸਾਂ ਕਰਦੇ ਹਾਂ, ਆਪਾਂ ਸੇਵਾ ਵੀ ਕਰਦੇ ਹਾਂ ਜਾ ਕੇ ਵੀਰ ਸਾਹਿਬ ਅਤੇ ਬਾਹਰਲੇ ਵੀਰਾਂ ਦੀ ਵੀ ਕਰਦੇ ਹਾਂ ਅਤੇ ਜਿਹੜਾ ਰਹਿ ਗਿਆ ਵੀਰ ਜੀ ਹੁਣ ਉਹ ਵੀ ਸੇਵਾ ਪਾ ਕੇ ਅਤੇ ਚਲੋ ਭਾਜੀ ਹੁਣੀ ਬਣਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।